मानसा दे विच अज 44 एकड़ कणक की फसल अते नाड़ जल के सवाह हो गई, जिस विच करीब अद्धा दर्जन किसानां दी कणक की फसल नूं अचानक अग लगण दे कारण खेत विच खड़ी 44 एकड़ कणक की फसल अते नाड़ जल के सवाह हो गई। इस मौके ते जिला प्रशासन ने पीड़ित किसानां नूं होए नुकसान का मुआवजा देण दा भरोसा दिता है। 30-35 किले कणक खड़ी सी साडी ते नाल टांगर भी हैगा 25 किले करीब, टांगर तो ही अग लगी, पहले टांगर नूं अग लगी सी, इहदों बाद आ के कणक नूं पैगी। तो ये नरमे वाला बाहना है, पहला भी इत्थे फसल कोई खास नहीं हुंदी, तो हुण अग दे कारण दा सानूं कोई पता नहीं किवें लगी है। हाँ, सड़क कोलों पई है टांगर तो, ते गाहां कणक साडी खड़ी सी 30-35 किले, ओह कणक साडी सारी हाजी, कोई मशीनरी नहीं चलदी। की मंग करदे तुसीं मतलब सरकार तों? जिहड़ा हैगा सरकार तों असीं मंग करदे आ वी साडा जिहड़ा नुकसान होया है ਉਹ ਸਾਨੂੰ ਦਿੱਤਾ ਜਾਵੇ, ਪੂਰਾ ਮੁਆਵਜ਼ਾ ਦਿੱਤਾ ਜਾਵੇ। ਖੜੀ ਕਣਕ ਨਾਲੇ ਤੂੜੀ ਮੱਚ ਗਈ ਸਾਡੀ। ਸਰ, ਮਾਨਸਾ ਦੇ ਅਕਲਾ ਪਿੰਡ 'ਚ ਖੇਤ 'ਚ ਕਣਕ ਨੂੰ ਅੱਗ ਲੱਗੀ ਹੈ, ਕਿੰਨਾ ਕੁ ਨੁਕਸਾਨ ਹੋਇਆ ਔਰ ਕੀ ਕਾਰਵਾਈ ਕੀਤੀ ਹੈ? ਅੱਜ ਬਾਅਦ ਦੁਪਹਿਰ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਅਤਲਾ ਕਲਾਂ ਦੇ ਖੇਤਾਂ ਵਿੱਚ ਅੱਗ ਲੱਗ ਚੁੱਕੀ ਹੈ, ਤਾਂ ਅਸੀਂ ਮੌਕੇ 'ਤੇ ਪਹੁੰਚੇ, ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸਾਡੇ ਜਾਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੀ ਸੀ ਅਤੇ ਤਕਰੀਬਨ ਅੱਗ 'ਤੇ ਕੰਟਰੋਲ ਪਾ ਲਿਆ ਗਿਆ ਸੀ। ਉੱਥੇ ਤਕਰੀਬਨ 20 ਕੁ ਏਕੜ ਅੰਦਾਜ਼ਨ ਪਬਲਿਕ ਦੇ ਦੱਸਣ ਦੇ ਮੁਤਾਬਕ ਜਾਂ ਦੇਖਣ ਦੇ ਮੁਤਾਬਕ ਵੀ 20 ਕੁ ਏਕੜ ਤਾਂ ਕਣਕ ਕੱਟੀ ਹੋਈ ਸੀ, ਜਿਹੜਾ ਇਕੱਲਾ ਉਹਨਾਂ ਦਾ ਪਿਆ ਸੀ ਸਟਰਾਅ ਬਣਾਉਣ ਖਾਤਰ। ਬਾਕੀ 22-23 ਏਕੜ ਤਕਰੀਬਨ ਕਣਕ ਸੀ ਜਿਹੜੀ ਖੜੀ ਨੂੰ ਅੱਗ ਲੱਗੀ ਹੈ, ਉਹਦੇ ਖਾਤਰ ਮੈਂ ਮੌਕੇ 'ਤੇ ਹੀ, ਸਾਡਾ ਪਟਵਾਰੀ ਵੀ ਹਾਜ਼ਰ ਸੀ ਅਤੇ ਕਾਨੂੰਗੋ ਸਾਹਿਬ ਨੂੰ ਵੀ ਅਸੀਂ ਹਦਾਇਤ ਕਰਤੀ ਵੀ ਸੁਬਾਹ ਤੱਕ ਇਹ ਨੰਬਰ ਖਸਰੇਵਾਈ ਮਾਲਕ ਅਤੇ ਕਾਸ਼ਤਕਾਰ ਦੇ ਨਾਵਾਂ ਦੀ ਲਿਸਟ ਕੱਲ੍ਹ ਨੂੰ ਦੁਪਹਿਰ ਤੱਕ ਹੀ ਸਾਨੂੰ ਸਬਮਿਟ ਕਰਨ, ਤਾਂ ਕਿ ਇਹਦੀ ਰਿਪੋਰਟ ਮਾਣਯੋਗ ਡੀ ਸਾਹਿਬ ਨੂੰ ਭੇਜੀ ਜਾ ਚੁੱਕ ਸਕੇ। ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।